ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀ ਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ, ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ, ਇਹ ਡਿਜ਼ਾਈਨ ਬਣਾਉਣ 'ਚ ਬਹੁਤ ਹੀ ਸੌਖਾ ਹੈ। ਇਹ ਡਿਜ਼ਾਈਨ ਨੂੰ ਤੁਸੀਂ ਬੜੀ ਆਸਾਨੀ ਨਾਲ ਬਣਾ ਲਓਗੇ। ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟ, ਬੱਚੇ ਦੇ ਸਵੈਟਰ, ਜੈਂਟ ਸਵੈਟਰ ਕਿਸੇ 'ਤੇ ਵੀ ਅਪਲਾਈ ਕਰ ਸਕਦੇ ਹੋ। ਬਣ ਕੇ ਬਹੁਤ ਪਿਆਰਾ ਲੱਗਦਾ ਹੈ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 7-7 ਦੇ ਹਿਸਾਬ ਨਾਲ ਕੁੰਡੇ ਲੈਣੇ ਹੈ ਅਤੇ 6 ਕੁੰਡੇ ਐਕਸਟਰਾ ਲੈਣੇ ਹੈ। 4 ਸਿਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। 1 ਸਿਲਾਈ 'ਤੇ ਫਰੈਂਡਸ ਆਪਣਾ ਡਿਜ਼ਾਈਨ ਆਉਣਾ ਅਤੇ 3 ਸਿਲਾਈਆਂ ਆਪਣੀਆਂ ਵਿੱਚ ਸਿੰਪਲ ਆਉਣੀਆਂ ਨੇ। ਬਹੁਤ ਸੌਖਾ ਡਿਜ਼ਾਈਨ ਹੈ, ਤੁਸੀਂ ਇਹਨੂੰ ਇੱਕ ਟਰਾਈ ਜ਼ਰੂਰ ਕਰਨਾ। ਫਰੈਂਡਸ, ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈੱਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਜੀ। ਚਲੋ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ। ਇਹ ਆਪਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲਿਆ। ਅਗਲੇ 4 ਕੁੰਡੇ 1, 2, 3, 4 4 ਕੁੰਡੇ ਫਰੈਂਡਸ ਆਪਾਂ ਸਿੱਧੇ ਪਾਵਾਂਗੇ। ਅਗਲੇ ਜਿਹੜੇ 3 ਕੁੰਡੇ ਹੈ, ਇਹ ਆਪਣੇ ਇੱਥੇ ਡਿਜ਼ਾਈਨ ਬਣਨਾ। ਜਿਹੜਾ ਇਹ ਆਪਣਾ ਦੂਸਰਾ ਕੁੰਡਾ, ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਅੱਗੇ ਲੈ ਆਉਣਾ। ਫਿਰ ਇਹਨੂੰ ਇਸ ਤਰ੍ਹਾਂ ਸਿਲਾਈ 'ਤੇ ਲੈ ਕੇ ਜਿਹੜਾ ਇਹ ਤੀਸਰਾ ਕੁੰਡਾ, ਇਹਨੂੰ ਵੀ ਆਪਾਂ ਲੈ ਲੈਣਾ ਨਾਲ। 3 ਕੁੰਡਿਆਂ ਨੂੰ ਉਲਟੀ ਸਾਈਡ ਤੋਂ ਇਕੱਠੇ ਬੁਣ ਲੈਣਾ, ਫਿਰ 1 ਵਲ ਪਾ ਲੈਣਾ, ਫਿਰ 3 ਕੁੰਡਿਆਂ ਨੂੰ ਇੱਕ ਵਾਰੀ ਹੋਰ ਉਲਟੀ ਸਾਈਡ ਤੋਂ ਇਸ ਤਰ੍ਹਾਂ ਬੁਣ ਲੈਣਾ। 3 ਕੁੰਡਿਆਂ ਦੇ ਆਪਣੇ 3 ਕੁੰਡੇ ਹੀ ਬਣ ਜਾਣੇ ਆ। ਇਹ 7 ਕੁੰਡਿਆਂ ਨੂੰ ਪੂਰੀ ਸਿਲਾਈ 'ਚ ਫਰੈਂਡਸ ਆਪਾਂ ਰਿਪੀਟ ਕਰਨਾ। 1, 2, 3, 4 4 ਕੁੰਡੇ ਸਿੱਧੇ। ਫਿਰ ਇਹ ਜਿਹੜਾ ਦੂਸਰਾ ਕੁੰਡਾ, ਇਹਨੂੰ ਆਪਾਂ ਅੱਗੇ ਲੈ ਆਵਾਂਗੇ। ਫਿਰ ਇਹ ਜਿਹੜਾ ਤੀਸਰਾ ਕੁੰਡਾ, ਇਹਨੂੰ ਵੀ ਨਾਲ ਸਿਲਾਈ 'ਤੇ ਲੈ ਲੈਣਾ। ਉਲਟੀ ਸਾਈਡ ਤੋਂ 3 ਕੁੰਡਿਆਂ ਨੂੰ ਇਕੱਠੇ ਇਸ ਤਰ੍ਹਾਂ ਬੁਣ ਲੈਣਾ। ਫਿਰ 1 ਵਲ ਪਾ ਲਿਆ, ਕੁੰਡੇ ਨੂੰ ਥੋੜ੍ਹਾ ਜਿਹਾ ਫਰੈਂਡਸ ਆਪਾਂ ਲੂਜ਼ ਰੱਖਣਾ। ਫਿਰ 3 ਕੁੰਡਿਆਂ ਨੂੰ ਇੱਕ ਵਾਰੀ ਫਿਰ ਦੁਬਾਰਾ ਇਸ ਤਰ੍ਹਾਂ ਇਕੱਠੇ ਬੁਣ ਲੈਣਾ। ਉਲਟੀ ਸਾਈਡ ਤੋਂ 1 ਕੁੰਡਾ ਹੋਰ ਬੁਣ ਕੇ 3 ਕੁੰਡਿਆਂ ਦੇ ਆਪਣੇ 3 ਕੁੰਡੇ ਬਣ ਜਾਣੇ ਆ। ਫਿਰ 4 ਕੁੰਡੇ ਸਿੱਧੇ। ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਬੁਣ ਲੈਣਾ। ਹੁਣ ਆਪਾਂ ਡਿਜ਼ਾਈਨ ਦੀ ਦੂਸਰੀ ਸਿਲਾਈ, ਉਲਟੀ ਸਿਲਾਈ 'ਤੇ ਹਾਂ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਉਲਟੀ ਸਿਲਾਈ ਫਰੈਂਡਸ ਪੂਰੀ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ। ਡਿਜ਼ਾਈਨ ਦੀ ਦੂਸਰੀ ਸਿਲਾਈ ਪੂਰੀ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਹੁਣ ਆਪਾਂ ਡਿਜ਼ਾਈਨ ਦੀ ਤੀਸਰੀ ਸਿਲਾਈ ਸਿੱਧੀ ਸਾਈਡ 'ਤੇ ਆ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ, ਧਾਗਾ ਆਪਣੇ ਵੱਲ ਕੀਤਾ। ਤੀਸਰੀ ਸਿਲਾਈ ਫਰੈਂਡਸ ਪੂਰੀ ਆਪਾਂ ਉਲਟੀ ਉਲਟੀ ਬਣਾ ਕੇ ਸਿੱਧੀ ਸਾਈਡ ਤੋਂ ਉਲਟੀ ਸਿਲਾਈ ਬਣਾਉਣੀ ਹੈ। ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਬਹੁਤ ਸੌਖਾ ਡਿਜ਼ਾਈਨ ਹੈ ਫਰੈਂਡਸ। ਜੇ ਤੁਸੀਂ ਕਦੀ ਡਿਜ਼ਾਈਨ ਨਹੀਂ ਬਣਾਇਆ ਤਾਂ ਵੀ ਇਹ ਡਿਜ਼ਾਈਨ ਨੂੰ ਬੜੀ ਆਸਾਨੀ ਨਾਲ ਬਣਾ ਲਓਗੇ। ਲਾਸਟ ਵਾਲੇ ਕੁੰਡੇ ਨੂੰ ਸਿੱਧਾ ਬੁਣ ਲੈਣਾ। ਡਿਜ਼ਾਈਨ ਦੀ ਤੀਸਰੀ ਸਿਲਾਈ ਬਣ ਕੇ ਆਪਣੀ ਕੰਪਲੀਟ ਹੈ। ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਿਲਾਈ 'ਤੇ ਹਾਂ। ਉਲਟੀ ਸਾਈਡ ਤੋਂ ਫਰੈਂਡਸ ਡਿਜ਼ਾਈਨ ਦੀ ਚੌਥੀ ਸਿਲਾਈ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ। ਇਹ ਆਪਣੇ ਡਿਜ਼ਾਈਨ ਦੀ ਚੌਥੀ ਸਿਲਾਈ ਹੈ। ਚੌਥੀ ਸਿਲਾਈ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਡਿਜ਼ਾਈਨ ਦੀ ਚੌਥੀ ਸਿਲਾਈ ਆਪਣੀ ਬਣ ਕੇ ਕੰਪਲੀਟ ਹੈ। ਫਰੈਂਡਸ ਦੇਖੋ, 1 ਸਿਲਾਈ 'ਤੇ ਆਪਾਂ ਡਿਜ਼ਾਈਨ ਪਾਇਆ ਅਤੇ 3 ਸਿਲਾਈਆਂ ਆਪਣੀਆਂ ਸਿੱਧੀਆਂ ਆਈਆਂ। ਜਦੋਂ ਇਹ 4 ਸਿਲਾਈ ਨੂੰ ਆਪਾਂ ਵਾਰ ਵਾਰ ਰਿਪੀਟ ਕਰਨਾ, ਦੇਖੋ ਆਪਣਾ ਡਿਜ਼ਾਈਨ ਬਣ ਕੇ ਕਿੰਨਾ ਪਿਆਰਾ ਲੱਗਦਾ।
देखो फ्रेंड्स, इस तरह का लगना डिज़ाइन है। ये तुसी किसी प्रोजेक्ट पर भी पा सकते हो। इनू ट्राई जरूर करना एक बारी। मेरी वीडियो देखने लिए तुहाडा बहुत बहुत धन्यवाद।